ਕਾਲੇ ਨੂੰ ਇੱਕ ਗਲਾਸ ਲਾ ਓਏ ਓਏ ਗਲਾਸ ਮਗਰ ਗਲਾਸ ਮਗਰ ਪਾ ਕਾਲਾ ਅੱਗੇ ਲੈ ਉਹ ਬੰਦਾ ਮਾਰ ਦੇਣਾ ਚੌਧਰੀ ਸਾਹਿਬ ਵਾਲੇ ਪੜ ਦੋ ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮ ਅਲੈਕੁਮ ਮੈਂ ਆਵਾਂ ਦੇਖਦਾ ਪਰ ਮਿਤ ਕਰਨਾ ਤੁਸੀਂ ਠੀਕ ਠਾਕ ਹੋਗੇ ਭਾਈ ਆ ਸਵੇਰ ਸਵੇਰ ਦਾ ਟਾਈਮ ਹੈ ਉੱਠਦੇ ਆ ਸਾਰ ਸਭ ਤੋਂ ਪਹਿਲਾਂ ਜਾਣਾ ਲੱਸੀ ਲੱਭ ਗਈ ਆਏ ਹਾਏ ਹਾਏ ਮਿੱਠੀ ਲੱਸੀ ਆ ਮਿੱਠੀ ਲੱਸੀ ਪੀਨੇ ਆ ਉਦੋਂ ਬਾਅਦ ਫਿਰ ਚੱਲਦੇ ਹਾਂ ਮੰਡੀ ਮੰਡੀ ਜਾ ਕੇ ਲਿਆਉਂਦੇ ਆ ਅੱਜ ਦਵਾਣੇ ਤਰਬੂਜ ਉਹਨਾਂ ਦਾ ਫਿਰ ਅੱਜ ਮਿੱਠਾ ਪਾਣੀ ਬਣਾਵਾਂਗੇ ਚੰਗੇ ਵਾਹ ਕੋਈ 10-12 ਲੈ ਕੇ ਆਵਾਂਗੇ ਫਿਰ ਜਾਣਾ ਉਹਨਾਂ ਸਾਰਿਆਂ ਨੇ ਮਿੱਠਾ ਪਾਣੀ ਬਣਾ ਕੇ ਵਿੱਚ ਬਰਫ਼ ਪਾ ਕੇ ਚੀਨੀ ਪਾ ਕੇ ਆਏ ਹਾਏ 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 ਆਪੀ ਵੀ ਪੀਵਾਂਗੇ ਅਤੇ ਨਾਲ ਜਿਹੜੇ ਸਾਡੇ ਨਵੇਂ ਘਰ 'ਚ ਮਿਸਤਰੀ ਲੱਗੇ ਨਾ ਉਹਨਾਂ ਨੂੰ ਪਿਆਵਾਂਗੇ ਅਤੇ ਫਿਲਹਾਲ ਜ਼ਰਾ ਲੱਸੀ ਪੀਏ ਅਤੇ ਫਿਰ ਮੰਡੀ ਚੱਲੀਏ ਲੈਣ ਦਵਾਣੇ ਆਪਣਾ ਰਾਜਾ ਬਾਹਰ ਕੱਢ ਲਿਆ ਜੇ ਤੋਰਾ ਵੀ ਲੈ ਲਿਆ ਜਿਹਦੇ ਵਿੱਚ ਦਵਾਣੇ ਲੈ ਕੇ ਆਉਣੇ ਨੇ ਅਤੇ ਹੁਣ ਚੱਲੀਏ ਜ਼ਰਾ ਮੰਡੀ ਮੰਡੀ ਜੇ ਅਸੀਂ ਉੱਪਰ ਗਏ ਜੇ ਭਾਈ ਜਰਾ ਦਵਾਣੇ ਜੇ ਬੋਲੀ ਨਹੀਂ ਜੇ ਲੱਗੀ ਹਜੇ ਹਾਂਜੀ ਜ਼ਰਾ ਭਰੇ ਪਏ ਨੇ ਗੱਡੀਆਂ 'ਚ ਉਹਨਾਂ ਚਿਰ ਜਰਾ ਇੱਥੇ ਮੰਡੀ 'ਚ ਫਿਰਨਾ ਜਦੋਂ ਉਹਨੇ ਬੋਲੀ ਲਾ ਕੇ ਦੀ ਹੈ ਨਾ ਫਿਰ ਲੈ ਕੇ ਜਾਂਦੇ ਹਾਂ ਜਰਾ ਦਵਾਣੇ ਹੁਣ ਚੰਗੇ ਮੋਟੇ ਨਹੀਂ ਮੇਰੇ ਵਰਗੇ ਲੈ ਬਾਈ ਕੇਲੇ ਵੀ ਲੈ ਲਿਆ ਫਿਰ ਖਾਣ ਵਾਸਤੇ ਉਹ ਦਵਾਣੇ ਦੀ ਬੋਲੀ ਲੱਗ ਪਈ ਹੈ ਉਹਨੇ ਜਰਾ ਇੱਕ ਮਿੰਟ ਕੇਲੇ ਰੱਖ ਲਈਏ ਆਪਣੇ ਭਾਈਆ ਦਵਾਣੇ ਲੈ ਲਿਆ ਜੇ ਆ ਦੋ ਮਾਮੂ ਰਮ ਚੁੱਕੇ ਜੇ ਇੱਕ ਪਿੱਛੇ ਬੋਰੀ ਲੈ ਕੇ ਆਉਣ ਡੇ ਨੇ ਅੱਜ ਬਣੇਗਾ ਘਰ ਜਾ ਕੇ ਦਵਾਣਿਆਂ ਦਾ ਕੀ ਸ਼ਰਬਤ ਜੂਸ ਤੁਹਾਡੀ ਸਲਾਹ ਹੈ ਅੱਜ ਤੁਸੀਂ ਪੂਰੇ ਸ਼ਹਿਰ ਨੂੰ ਪਿਆਰ ਦੀ ਸਲਾਹ ਹੈ ਦੋ ਦਵਾਣੇ ਮੈਂ ਇਕੱਠੇ ਜੂਸ ਬਣਾਉਣ ਲੱਗੇ ਹੋ ਚੁੱਕ ਵੀ ਜੋਨੇ ਰੱਗ ਉੱਤੇ ਆਈ ਆਈ ਚੁੱਕ ਲਿਆ ਭਾਈ ਆਹ ਦਵਾਣੇ ਜਿਹੜਾ ਹੋਰ ਲੈਣੇ ਨੇ ਕਰ ਵੀ ਜਰਾ ਜਲਦੀ ਖਾਲੀ ਤੋਰਾ ਲਾਇਆ ਸੋਹਣੇ ਆਜਾ ਰੱਖ ਵੀ ਤੇਰਾ ਅੱਜ ਗਲਾਸ ਪੱਕਾ ਜੀ ਰੱਖ ਗਾ ਸ਼ਰਬਤ ਬਣਾਉਣ ਵਾਸਤੇ ਨਾ ਜੂਸ ਬਣਾਉਣ ਵਾਸਤੇ ਦਵਾਣੇ ਦਾ ਇੱਥੇ ਕਿਰਿਆਨੇ ਵਾਲੀ ਦੁਕਾਨ 'ਚ ਆਏ ਤੂੰ ਚੀਨੀ ਵੀ ਨਾਲ ਲਾ ਕੇ ਜਾਂਦੇ ਆ ਚੀਨੀ ਵੀ ਪੈਣੀ ਵਿੱਚ ਚੀਨੀ ਵੀ ਲੈ ਲਈ ਜੇ ਅਤੇ ਹੁਣ ਚੜੀਏ ਤੇਰਾ ਘਰ ਜਾਣ ਦੇ ਵੀ ਤੇਰਾ 880 ਦੀ ਸਪੀਡ 'ਚ ਘਰ ਅਸੀਂ ਉੱਪਰ ਗਏ ਦਵਾਣੇ ਲਾ ਕੇ ਜਾਂ ਭਾਂਡੇ ਲੈ ਲੈਣੇ ਜਿਨ੍ਹਾਂ ਵਿੱਚ ਜਰਨਾ ਜੂਸ ਬਣਾਉਣਾ ਹੈ ਲਾਇਆ 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 ਜਲਦੀ ਕਰ ਲਾਇਆ ਅੱਜ ਦਵਾਣੇ ਦਾ ਜੂਸ ਚੱਲੇਗਾ ਭਾਈ ਆਹ ਸਾਰੇ ਭਾਂਡੇ ਵੀ ਲੈ ਲਏ ਨੇ ਚੀਨੀ ਵੀ ਲੈ ਲਈ ਦਵਾਣੇ ਵੀ ਲੈ ਲਏ ਨੇ ਅਤੇ ਹੁਣ ਚੱਲੀਏ ਆਪਣੇ ਡੇਰੇ ਜਿਹੜਾ ਨਵਾਂ ਘਰ ਬਣਾਉਣ ਡਿਆ ਨਾ ਉੱਥੇ ਜਾ ਕੇ ਫਿਰ ਬਣਾਉਂਦੇ ਹਾਂ ਅੱਜ ਦਵਾਣੇ ਦਾ ਜੂਸ ਚੱਲੀਏ ਫਿਰ ਚੱਲੀਏ ਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਭਾਈ ਆਹ ਇਹ ਸਾਡਾ ਨਵਾਂ ਘਰ ਬਣਾਉਣ ਡਿਆ ਅੱਜ ਇਹ ਬੰਦਾ ਕਿਤੇ ਵੇਖਿਆ ਵੇਖਿਆ ਲੱਗਦਾ ਬੰਦਾ ਕਿਤੇ ਵੇਖਿਆ ਵੇਖਿਆ ਲੱਗਦਾ ਕੀ ਹਾਲ ਚਾਲ ਠੀਕ ਹੋ ਬਚ ਗਏ ਹੋ ਠੀਕ ਠਾਕ ਮੈਂ ਸੁਣਿਆ ਬਿਮਾਰ ਹੋ ਗਏ ਉਹ ਹਾਂ ਸੁਣਿਆ ਨਹੀਂ ਤੂੰ ਨਾਲ ਗਿਆ ਅੱਛਾ ਅੱਲਾ ਜੰਤ ਨੇ ਸੇਵ ਕਰੇ ਬੰਦਾ ਚੰਗਾ ਸੀ ਦੁਪਹਿਰ ਹਾਏ ਭਾਜਾ ਦਰਜਰਾ ਨਵਾਂ ਘਰ ਬਣਨ ਡਿਆ ਤੇ ਇਹਦੇ ਨਾਲ ਸਾਡੀ ਟਾਲੀ ਇੱਥੇ ਇਹਦੀ ਛਾਂ 'ਚ ਬਹਿ ਕੇ ਜਿਹੜਾ ਨਾ ਆਹ ਜੂਸ ਬਣੇਗਾ ਭਾਜਾ ਮੈਂ ਵੀਡੀਓ ਮੈਂ ਨਾ ਕਰਨਾ ਸਾਰਾ ਕੰਮ ਬੋਰਾ ਨੇ ਦਵਾਣੇ ਜੂਸ ਕਦੀ ਨਹੀਂ ਪੀਤਾ ਨਹੀਂ ਦਵਾਣੇ ਖਾਧੇ ਨੇ ਜੂਸ ਨਹੀਂ ਕਦੀ ਪੀਤਾ ਜੂਸ ਨਹੀਂ ਪੀਤਾ ਜਾ ਮਿਸਤਰੀ ਅੱਜ ਤੋਂ ਜੂਸ ਵੀ ਪਿਆ ਲੈਣੇ ਆ ਬੰਦਾ ਤੇ ਚੰਗਾ ਪਰ ਕੰਮ ਤੇਰੇ ਚਫਲਾਂ ਦੇ ਸੱਚੀ ਆ ਗੱਲਾਂ ਨਹੀਂ ਕਰੀ ਦੀਆਂ ਮੂੰਹ ਤੇ ਓਲੇ ਕਰੀ ਦੀਆਂ ਮਾਮਾ ਵੇਖ ਲਾ ਮਾਮਾ ਵੇਖੀ ਘਰ ਤੇ ਨਾ ਮਾਰੀ ਯਾਰ ਇਸ ਟਾਈਮ ਜਿਹੜਾ ਪੈਪ ਆ ਰਿਹਾ ਅੱਜ ਲੈ ਕੇ ਆਵੀ ਦਵਾਣੇ ਜਰਾ ਧੋਈਏ ਭਾਈ ਆਹ ਦਵਾਣੇ ਲਿਆ ਕੇ ਸਾਰੇ ਜਿਹੜਾ ਖਾਲੇ 'ਚ ਰੱਖ ਲਏ ਨੇ ਹੁਣ ਜਰਾ ਉਹਨਾਂ ਨੂੰ ਧੋਈਏ ਅਤੇ ਉਹਦੇ ਬਾਅਦ ਫਿਰ ਇਹਨਾਂ ਜੂਸ ਕੱਢਦੇ ਹਾਂ ਬਿਸਮਿਲ੍ਲਾਹਿ ਰਹਿਮਾਨ ਰਹੀਮ ਸਹੀ ਤਰ੍ਹਾਂ ਸਾਫ਼ ਕਰਨੀ ਹੈ ਤਾਂ ਕਿ ਜੂਸ ਦੇ ਵਿੱਚ ਹੋਰ ਨਾ ਸਵਾਦ ਵੱਧ ਜੇ ਮਿਸਤਰੀ ਉਹ ਖੁਸ਼ ਨਾ ਹੋਇਓ ਅਸੀਂ ਘਰ ਲਾ ਕੇ ਜਾਣਾ ਟੈਨਸ਼ਨ ਵੀ ਨਾ ਲੈ ਜਾਇਓ ਉੱਥੇ ਪਿਆਵਾਂਗੇ ਸਹੀ ਤਰ੍ਹਾਂ ਸਾਫ਼ ਕਰਨੇ ਨੇ ਸਾਰੇ ਇੱਥੇ ਪਾਣੀ ਮਾਰ ਮਿੱਟੀ ਨਹੀਂ ਲੱਗਣੀ ਚਾਹੀਦੀ ਨਾ ਲਓ ਸਾਡੀ ਲਓ ਨੀਰਾ ਇਹਨਾਂ ਕੀ ਕਸੂਰ
ਪਾਇਆ ਹੋ ਜਾ ਜੂਸ ਕਿਵੇਂ ਬਣਾਣਾ ਤੁਹਾਨੂੰ ਉਹ ਬਹਾਨੇ ਜਰਾ ਦਵਾਣਾ ਲੈਣਾ ਉਤੋਂ ਦੀ ਟਿੰਡ ਟਿੰਡ ਜਿਹੜੀ ਘੱਟ ਛੜਨੀ ਹੈ ਲਾਲ ਲਾਲ ਵੀ ਲਾਲ ਪਾਇਆ ਹਜੇ ਪਹਿਲਾ ਪਹਿਲਾ ਦਵਾਣਾ ਸੀ ਨਾ ਹਜੇ ਤਜਰਬਾ ਨਹੀਂ ਆਇਆ ਤੇ ਜਰਾ ਕੱਢਣ ਲੱਗੇ ਆ ਜੂਸ ਨਾਲੇ ਤਜਰਬਾ ਹੋ ਜਾਏਗਾ ਤੇ ਫਿਰ ਨਾਲੇ ਜਰਾ ਫਿਰ ਵੇਖਿਓ ਤੁਸੀਂ ਸਾਡੀਆਂ ਸਪੀਡਾਂ ਪਹਿਲਾਂ ਜਰਾ ਤੁਸੀਂ ਆਹ ਵੇਖੋ ਓਏ ਹੋਏ ਲਾਲ ਲਾਲ ਲਾ ਖੋਏ ਮਲਾਈ ਵਾਲਾ ਦਵਾਣਾ ਆ ਵੇ ਚਿੱਟੇ ਚਿੱਟਾ ਖੋਇਆ ਆਪੇ ਜੋ ਪੁਣਾ ਕੇ ਕੁੱਟ ਕੱਟੇਗਾ ਮਾਸ਼ਾਅੱਲਾ ਲੱਗੇ ਪਤਾ ਮਿਸਤਰੀ ਜੀ ਕਿਵੇਂ ਬਣਦੇ ਨੇ ਜੂਸ ਕਿਵੇਂ ਬਣੇ ਕਿਵੇਂ ਨਿਕਲਿਆ ਵਿੱਚੋਂ ਵਿੱਚੋਂ ਤਾਂ ਖਾਲੀ ਹੋ ਗਿਆ ਬੱਚੇ ਨੇ ਖਵਾਉਣ ਕੁਰਬਾਨੀ ਵਾਲੇ ਨੇ ਵੈਰੀ ਗੁੱਡ ਆਈਡੀਆ ਵੈਰੀ ਗੁੱਡ ਆਈਡੀਆ ਬੰਦਾ ਤਾਂ ਸਿਆਣਾ ਹੈ ਮੰਨਾ ਮੈਂ ਐ ਜਿਆਣਾ ਬਸ ਕਮਾਉਂਦਾ ਹੀ ਨਹੀਂ ਇਹਨੂੰ ਕੱਟ ਕੇ ਨਾ ਸਹੀ ਤਰ੍ਹਾਂ ਵੇ ਸੁੱਟੋ ਫਿਰ ਇਹਦਾ ਸਹੀ ਤਰ੍ਹਾਂ ਜੂਸ ਅੱਜ ਜੂਸ ਹੀ ਪੀਣਾ ਸਾਰਿਆਂ ਨੂੰ ਜੂਸ ਪਿਆਣਾ ਹੈ ਇਹਦੇ ਵੀ ਸੁੱਟ ਹਾਂਜੀ ਇਹਦੇ ਸੁੱਟ ਛੜੋ ਨਹੀਂ ਖਾਣਾ ਤਾਂ ਖਾ ਲਓ ਜਿਵੇਂ ਕਰ ਇਹਦੇ ਵੀ ਸੁੱਟਣਾ ਉਹ ਕੰਮ ਜਿਹੜਾ ਜ਼ਰੂਰੀ ਹੈ ਉਹ ਕਰਨੇ ਹੁਣ ਜ਼ਰਾ ਦੂਸਰੇ ਦਿਵਾਣੇ ਦੀ ਵਾਰੀ ਜੇ ਆ ਵੇਖੋ ਹੁਣ ਦੂਸਰੀ ਵਾਰੀ ਹੈ ਨਾ ਹੁਣ ਜ਼ਰਾ ਤਜਰਬਾ ਹੋ ਗਿਆ ਦੇਖਿਆ ਕਾਰੀਗਰ ਹੋ ਗਏ ਹਾਂ ਅਸੀਂ ਖਾਣਾ ਨਹੀਂ ਪੀ ਪੀਣਾ ਪੀਣਾ ਇੱਕ ਆਪਸ ਦੀ ਗੱਲ ਦੱਸਾਂ ਦਬਾਣਾ ਬੜਾ ਮਿੱਠਾ ਵਾਹ ਜੀ ਵਾਹ ਵਾਹ ਜੀ ਵਾਹ ਲਾਲ ਲਾਲ ਵੀ ਲਾਲ ਮਿਸਤਰੀ ਵਿੱਚ ਕੱਢ ਕੇ ਛੱਡ ਦਿੱਤਾ ਭਾਈਆ ਜਿਹੜਾ ਦਵਾਨ ਵਿੱਚ ਮਾਸਾ ਰਹਿੰਦਾ ਪਿਆ ਨਾ ਉਹਨੂੰ ਸਾਡੇ ਭਾਈ ਜ਼ਬੈਰ ਹੋੜੀ ਸਹੀ ਤਰ੍ਹਾਂ ਸਾਫ਼ ਕਰਨ ਡੇ ਨੇ ਬਾਕੀ ਜਿਹੜੇ ਉਤਲੇ ਖੋਲਣ ਨੇ ਨਾ ਇਹ ਜਿਹੜੇ ਛਿੱਲੜਾਂ ਅਸੀਂ ਬਾਅਦ ਚੋਂ ਆਪਣੇ ਬੱਚੇ ਨੂੰ ਖਵਾਵਾਂਗੇ ਛੱਡਣੀਆਂ ਹੈ ਵੀ ਨੇ ਸੁੱਟਣੀਆਂ ਸਾ ਵੀ ਨਹੀਂ ਵੀ ਆਪਾਂ ਬੱਚੇ ਨੂੰ ਖਵਾਣੀਆਂ ਨੇ ਕਿਹਨੂੰ ਛੁਰੀ ਮਾਰਾ ਅੱਛਾ ਗੱਲ ਸੁਣ ਸੇਬ ਅਧਵਾਣਾ ਥੱਲੇ ਰੱਖ ਦੌੜ ਲਾ ਕੇ ਜਾਂ ਬਰਫ਼ ਲੈ ਕੇ ਆ ਤੇਰੇ ਆਉਂਦੇ ਨੂੰ ਅਸੀਂ ਕੰਮ ਸਾਰਾ ਕਰ ਲੈਣਾ ਤੂੰ ਬਰਫ਼ ਲੈ ਕੇ ਆ ਮੈਂ ਤਾਂ 5 ਕਿਲੋ ਬਰਫ਼ ਲੈ ਆਇਆ ਇੰਜ ਨੂੰ ਤੁਰ ਜੀ ਉਹ ਤੂੰ ਪੈਸੇ ਲੈ ਆ ਉਹ ਬਟਵਾ ਮੇਰਾ ਪਿਆ ਚਲੋ ਬੜੀ ਹੋਣੀ ਜਾਣਾ ਪਹਿਲਾਂ ਕਿੱਧਰ ਨੂੰ ਦੂਸਰੇ ਬੰਦੇ ਪੁੱਛਣਾ ਤੂੰ ਕਿਵੇਂ ਮਰਿਆ ਇਹਨੇ ਕਹਿੰਦਾ ਮੈਂ ਤਾਂ ਬੜੀ ਮਿੱਠੀ ਮੌਤ ਮਰਿਆ ਦੁਦਾ ਕੀ ਬਣੇ ਹੈਲਮਟ ਗਰਮੀ ਭਰੀ ਏ ਬਾਈ ਜੇ ਬੜੀ ਦਵਾਣੇ ਦਾ ਜੂਸ ਬਣਾਉਂਦੇ ਨੇ ਅਤੇ ਗਰਮੀ ਬੜੀ ਜੇ ਅਤੇ ਅਸੀਂ ਜਾਂਦੇ ਹਾਂ ਨਾਲ ਦੇ ਅੱਡੇ 'ਚ ਅਤੇ ਜਾ ਕੇ ਬੜਾ ਫਲੈ ਆਉਂਦੇ ਹਾਂ ਹੁਣ ਮੈਂ ਤਮਾਮ ਮੂਹਰੇ ਚਲੇ ਜੇ
ਤੇ ਜਾ ਕੇ ਬੜਾ ਫਲੈ ਕੇ ਆਨੇ ਆ ਅੱਡੇ ਤੇ ਪਹੁੰਚ ਗਏ ਤੇ ਥੋੜੀ ਜੀ ਰਹਿ ਗਈ 5 ਕਿਲੋ ਹਾਂ ਆ ਸਾਰੀ 250 ਦੀ ਹਾਂ ਆਹੀ ਲੈ ਲਈ ਸਾਰੀ ਹਾਂਜੀ 250 ਦੇ ਪੂਰੀ ਪੱਟੀ ਲੈਣ ਲੱਗੇ ਜੇ ਬੜਾ ਫਲੈ ਲਈ ਜੇ ਤੇ ਹੁਣ ਲੈ ਕੇ ਚੱਲੀਏ ਡੇਰੇ ਬੜਾ ਫਲੈ ਕੇ ਡੇਰੇ ਪਹੁੰਚ ਗਏ ਜੇ ਭਾਈ ਆ 3-4 ਦਵਾਨੇ ਮਗਰ ਰਹਿ ਗਏ ਜੇ ਐ ਵੀ ਤਸਲਾ ਪਰ ਗਿਆ ਏ ਐ ਪਤੀਲਾ ਵੀ ਪਰ ਚੱਲਾ ਏ ਤੇ ਬੋੜੇ ਜੀ ਲੱਗੇ ਨੇ ਫੁੱਲ ਜ਼ੋਰ ਜ਼ੋਰ ਤੇ ਉਧਰ ਬਰਫ਼ ਲੈ ਕੇ ਆ ਗਏ ਨੇ ਸੇ ਬੋੜੀ ਤੇ ਬਰਫ਼ ਤੋਂ ਡੇ ਕਿੰਨੇ ਕਿਲੋ ਲੈ ਕੇ ਆਏ ਹੋ ਹੁਣ 10 ਕਿਲੋ 10 ਕਿਲੋ ਨਹੀਂ ਯਾਰ ਨਹੀਂ ਯਾਰ ਜੇ 5-5 ਕਿਲੋ ਦਾ ਢੇਲਾ ਯਾਰ ਰੁਕੋ ਜਰਾ ਤਾਂ ਜੋ ਕੇ ਰੱਖ ਜਰਾ ਭਾਈਆ ਉਹ ਪਾਣੀ ਲੁੱਟਣ ਤੋਂ ਬਾਅਦ ਜਰਾ ਮਗਰ ਬਚਿਆ ਨਾ ਮਾਲ ਉਹਨੂੰ ਫਿਰ ਇੱਕ ਵਾਰੀ ਚਿੱਥਣਨੇ ਆ ਤਾਂ ਕਿ ਇਹਦੇ ਵਿੱਚ ਸਹੀ ਤਰ੍ਹਾਂ ਜਰਾ ਜੂਸ ਨਿਕਲ ਜਾਏ ਤੇ ਬਾਕੀ ਜਰਾ ਵਧੇਗਾ ਨਾ ਉਹ ਫਿਰ ਆਪਣੇ ਬੱਚਾ ਜਰਾ ਕੁਰਬਾਨੀ ਵਾਲਾ ਉਹ ਦੇ ਕੇ ਜਾਏਗਾ ਦੱਸ ਦੇ ਜੀ ਮੈਨੂੰ ਖੱਪਰ ਵੇਖ ਕੇ ਜਰਾ ਹਿਸਾਬ ਕਿਤਾਬ ਨਾਲ ਥੱਲੇ ਤਾਂ ਐਵੇਂ ਟੂਟੀ ਖੁੱਲੀ ਹੈ ਚੈੱਕ ਕਰ ਜ਼ਰਾ ਫਿੱਕਾ ਕਿ ਮਿੱਠਾ ਸੱਚੀ ਦੱਸ ਨਹੀਂ ਚੱਲਿਆ ਜੀ ਦਿਮਾਗ ਨਹੀਂ ਅਸਲ ਤੇ ਨਾਲ ਦਿਮਾਗ ਚੱਲਿਆ ਹੀ ਪਤਾ ਕਿ ਨਹੀਂ ਚੱਲ ਪਈ ਜਲਦੀ ਵੇ ਹੁਣ ਵੇਖੀ ਪਤਾ ਚੱਲਦਾ ਦੇਵ ਦੀ ਗੱਲ ਸੱਚੀ ਹੋਣੀ ਚਾਹੀਦੀ ਆ ਸਮਝ ਨਹੀਂ ਆਈ ਜ਼ਰਾ ਹਾਂਜੀ ਫੀਕਾ ਫੀਕਾ ਥੋੜਾ ਜਿਹਾ ਫੀਕਾ ਫੀਕਾ ਇਸ ਕਦੇ ਚੀਨੀ ਲੁੱਦੋ ਆ ਭਰ ਕੇ ਹਾਂ ਭਰ ਕੇ ਚੀਨੀ ਭਰ ਰਿਹਾ ਚੱਲ ਮੈਂ ਭਰਨਾ ਚੱਲ ਭਰ ਜਲਦੀ ਕਰ ਚੱਲ ਲੈ ਚੱਲ ਇਹਦੇ ਵਿੱਚ ਛੋਟ ਇਹਦੇ ਵਿੱਚ ਖਾਲੀ ਪਤੀਲੀ ਚ ਲੁੱਦੋ ਜਰਾ ਇੱਕ ਵਾਰੀ ਖੋੜ ਕੇ ਫੇਰ ਲੁੱਦਾਂਗੇ ਸਹੀ ਤਰ੍ਹਾਂ ਨੂੰ ਸਾਫ਼ ਕਰ ਜੂਸ ਥੋੜ੍ਹਾ ਜਿਹਾ ਰਹਿੰਦਾ ਪਿਆ ਉਧਰੋਂ ਕੱਢਣ ਦੇ ਨੇ ਬਾਕੀ ਸਾਰਾ ਤਿਆਰ ਹੋ ਗਿਆ ਬਰਫ਼ ਸ਼ਰਫ਼ ਪਾਤੀ ਹੈ ਹੁਣ ਇਹਦੇ ਵਿੱਚ ਸੁੱਟਣ ਲੱਗੇ ਕਾਲਾ ਲੂਣ ਬਰੇਨ ਤਿੰਨ ਢੇਲੇ ਦੇਖ ਲਿਓ ਨਹੀਂ ਬੜੇ ਨੇ ਕਿਤੇ ਬਹੁਤਾ ਹੋ ਗਿਆ ਤੇ ਫਿਰ ਬਿੰਦ ਬਣਾ ਘੱਟ ਹੋਇਆ ਹੋਰ ਸੁੱਟ ਲਾਂਗੇ ਵੱਧ ਹੋਇਆ ਫਿਰ ਕਿਵੇਂ ਕੀ ਕਰਨਾ ਜੇ ਭਈਆ ਹੁਣ ਜਿਹੜਾ ਨਾ ਦਵਾਣੇ ਕੱਟ ਕੇ ਨਾ ਵੱਡੇ ਵੱਡੇ ਡੱਕਰੇ ਵਿੱਚ ਸੁੱਟਣ ਡੇ ਆ ਥੋੜ੍ਹਾ ਜਿਹਾ ਪਿਆਰਾ ਲੱਗਣ ਵਾਸਤੇ ਆਹ ਚੀਨੀ ਖੋਲ ਲਈਏ ਭਾਈ ਦੁਪਹਿਰ ਹੋਣਾ ਨੇ ਇਹ ਚੈੱਕ ਕਰੋ ਦਵਾਣੇ ਵਾਲਾ ਪਾਣੀ ਪਾ ਖੋਲਈਏ ਲੁੱਦੋ ਵੀ ਜ਼ਰਾ ਵਿੱਚ ਆਉਣ ਇਹ ਆ ਲੋ ਜੀ ਇਹ ਹੋ ਗਿਆ ਸਾਡਾ ਜੂਸ ਤਿਆਰ ਵਾਟਰ ਮਿਲਣ ਜੂਸ ਦਵਾਣੇ ਵਾਲਾ ਜੂਸ ਬਈ ਆਪ ਵੀ ਪੀਓ ਆਪਣੇ ਬੱਚਿਆਂ ਨੂੰ ਪਿਲਾਓ ਵੇਖਿਆ ਪਤਾ ਨਹੀਂ ਲੱਗਦਾ ਪੀਤਿਆਂ ਪਤਾ ਲੱਗਦਾ ਆਪ ਵੀ ਪੀਓ ਆਪਣੇ ਬੱਚਿਆਂ ਨੂੰ ਪਿਆਓ ਪਹਿਲੋ ਕਾਲੇ ਨੂੰ ਪਿਲਾਓਗੇ ਤਾਂ ਫੇਰ ਹੀ ਪਤਾ ਲੱਗਦਾ ਉਹ ਭਾ ਕਾਲਾ ਕਿੱਥੇ ਗਿਆ ਜੀ ਵੇਖ ਕਿਤੇ ਬਦਵਾ ਉਹਨਾਂ ਦਿੰਦੇ ਨੇ ਸਾਡੇ ਨਾਲ ਜੂਸ ਥੋੜਾ ਸੇ ਭੈ ਫਰਕ ਲਿਆ ਔਰ ਲਿਆ ਜ਼ਰਾ ਭਾਈ ਆ ਲੂਣ ਘੱਟ ਗਿਆ ਲੂਣ ਜ਼ਰਾ ਹੋਰ ਲੁੱਦਣ ਲੱਗੇ ਸੁੱਟ ਦੇ ਵਿੱਚ ਵੀ ਖੁੱਟ ਜਾਂਦਾ ਹੋਰ ਲੁੱਦੋ ਨਹੀਂ ਮਜ਼ਾ ਇੱਕ ਆਇਆ ਵਿੱਚ ਦੋ ਮਿੰਟ ਟਾਈਮ ਦੇ ਅੱਜ ਸਾਡਾ ਭਾ ਕਾਲਾ ਪਾਓ ਜਰਾ ਕੋਲੇ ਚੋਂ ਜੂਸ ਪਾਓ ਭਾਈ ਆ ਸਾਰੇ ਬੰਦੇ ਆ ਗਏ ਜੇ ਤੇ ਹੁਣ ਜਾਣਾ ਰਲ ਕੇ ਜਰਾ ਪੀਨੇ ਆ ਜੂਸ ਚਾਚੇ ਕਾਲੇ ਦਾ ਮਜ਼ਾਕ ਨਾ ਉਡਾਇਆ ਕਰੋ ਯਾਰ ਚਾਚਾ ਪੀਓ ਪੀਓ ਤੁਸੀਂ ਇਹ ਤਾਂ ਮਖੋ ਖਮੋਲ ਕਰਦੇ ਸਵਾਦੀ ਬਹੁਤ ਹੀ ਲਜ਼ਤ ਮਾਸ਼ਾਅੱਲਾ
لائف چ جڑا نا فرسٹ ٹائم جڑا نا کم کیتا ہے تے بہت لطف آیا یقین جانو اس طرح دی ڈش میں گل پہلے جڑا نا نہیں چکھی نہیں ٹیسٹ نہیں کیتی لیکن اے جو ہے نا فرسٹ ٹائم جو ہے نا ماں میرا بٹن بند کرو تسی دسو جی ہاں چاچا بالکل پورا چاسے پوری ہائے 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 کیا کہنے چھا گئے ہو یار ਬੰਗ ਪਿੰਦੇ ਪੇ ਚਾਸ ਬੜਾ ਗਈ ਅੰਦਾ ਖਾਟਾ ਗੇ ਤਨ ਵੇਖ ਵੇ ਕੇ ਪਰ ਚਾਸ ਆ ਗਈ ਹੋਰ ਪਾਓ ਜੀ ਹੋਰ ਪਾਓ ਮੋਰੇ ਰਾ ਵੇਂਦਾ ਹੈ ਕਾਲਾ ਖੜੀ ਕਰਦਾ ਪਾ ਕਾਲੇ ਨੂੰ ਕੋਲਾ ਪਾੜ ਕੇ ਦੇਣਾ ਜੀ ਬਾਈ ਪੰਜ ਕੋਲੇ ਪਿਆਣੇ ਨੂੰ ਚਾਚੀ ਕਹਿੰਦਾ ਪੰਜ ਨਹੀਂ ਪੰਜ ਪਿਆਰ ਕੀ ਆ ਪੰਜ ਪੀ ਕੇ ਪਾ ਕਾਲਾ ਪੰਜ ਕੋਲੇ ਪੀ 200 ਰੁਪਿਆ ਮੇਰੇ ਵੱਲੋਂ ਠੰਡਾ ਹੋ ਜਾਣਾ ਅੰਦਰ ਵੀ ਠੰਡਾ ਹੋ ਜਾਣਾ ਇਹ ਕਿਹੜੀ ਨੁਕਸਾਨ ਦਿੰਦੀ ਹੈ ਇਹ ਕੋ ਨੁਕਸਾਨ ਆਈ ਚੀਜ਼ ਦੇ ਨਾ پانچ کولے پانی پی گیا صحیح گل 200 روپیہ میرے والوں لا بھی 200 روپے دی آفر ہوگی 200 روپے دی آفر ہوگی ہاں بتاواں کہ 200 روپے دا کولا ایک پانی دا چچا جا 200 روپے مزاق نہیں لگا چا 250 کر لے چا 300 فائنل 300 تو وعدہ نہیں 1 روپے ایک کولا پین دے 60 روپے باہر دوبارہ مک جانا مکان تیرے والا وہدا میں ایک مگا بھی مکان دیا ماما خان دے کم کے ڈلے باڑ آ گئے نے اوے اون لگے ہاں چاچا کھاؤ گیا تھا جا ڈیرے ہاں اون لگے ہاں مستری دے کول کھاؤ اون لگے ہاں تو پی میں نہیں پینا جی سیب پھڑ ذرا ہاں لندا راں دو تیرا گھر لگے نا کیڑے واری لے آ پا کالے کو پھڑو یار کولا ایک اور پیے پیشڑا کی ہے دو کو دے فری ہن 60 روپے نال مل دے نہیں 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 جے پانچ کولے پیوے پا کلا 300 روپیہ دو پی رہے تین لگے رچے اے ہو جا پانچ اوے دا کوئی نقصان نہیں کنا بلڈ کر جانا او تس نہیں ہوندا او دو دو تے سارے پی تے پھر تالے کی فرق رہ گیا فل کر دیو فل کر دیو فل کرو پڑھیا چند چاچا کالا روٹی نہ کھائے چاچا کالا اکھا کے نیرا ہونے لگ پی سارے ادھے دن ہونے اگلے کنڈے بننے گلاس گلاس پانی بندہ پا کال نے 300 روپیہ اور کما لینا ہی پر نہیں اے کاروباری زیر نہیں پا کالے دا ملایا صاحب او یار نہیں یار او یار نہیں او ٹیڈیاں سائی نہیں یار جناب یار یار کی ہو گیا 300 روپیہ یار پھٹ جانا یار یار کوئی چاچا ساری ڈبہ کھول پاؤ بھائی او کوئی نہیں مار کے کیا ڈبہ کھول دوڑ پنگ لا کے پھر پا کال دے گھر جانے کیویں رونا ہائے وے پانی دی جان نہیں چھڑدا ہائے وے ہائے پانی پی پی مر گئی اچھا گل سنو ہن مزاق تو علاوہ سچی بولنا مطلب یعنی کہ ویڈیو واسطے مزہ آیا مزہ آیا مزہ آیا بھائی تانوں مزہ آیا
ਹਾਂ ਜੀ ਮਜ਼ਾ ਆਇਆ ਚਾਚਾ ਹਾਏ ਕਿੰਨੇ ਪੀਤੇ ਕਿੰਨੇ ਪੀਤੇ ਮਜ਼ਾ ਆਇਆ ਸੱਚੀ ਜਰਾ ਦੋ ਕੋਲੇ ਬਸ ਭੇਣ ਭਾਕ ਵਾਲੇ ਨੇ ਫੁੱਲ ਤੇ 500 ਰੁਪਇਆ ਹੋ ਗਿਆ ਯਾਰ ਸਾਰੀ ਦਿਹਾੜੀ ਲਾ ਕੇ ਵੀ ਤੇ ਨਿੱਕ ਮਾਣੇ ਨਾ ਤੇ 500 ਰੁਪਇਆ ਦਿਹਾੜੀ ਬਸ ਦੋ ਕੋਲੇ ਨੁਕਸਾਨ ਨਹੀਂ ਇਮਾਨਦਾਰ ਦੀ ਗੱਲ ਉਹ ਬਿਹਾਰ ਦੀ ਰਹਿੰਦਾ ਹੀ ਬਾਰ ਬਾਰ ਪਤਾ ਨਹੀਂ ਯਾਰ ਭਾਕ ਭਾਕ ਵਾਲਾ ਉਹਨੇ ਇੰਨਾ ਯਾਦ ਇੱਕ ਵਜਾ ਦਾ ਸੀ ਹਾਂ ਉਹ ਮੈਂ 30 ਸਮੋਸੇ ਕਿ ਮੈਂ 40 ਖਾ ਲੈਣੇ ਨੇ ਅੱਛਾ ਕਿੰਨੇ ਪੈਸੇ ਕਿੰਨੇ ਹਨ 500 ਰੁਪਏ 500 ਦਾ ਮਹਿੰਗੇ ਸਮੋਸੇ ਹਨ ਉਹ ਮੈਂ ਵਜਾਂ ਤੋਲਿਆ 2.5 ਕਿਲੋ ਬਣਿਆ ਮੈਂ ਇਹ ਤੇ ਵਜਣ ਬੜਾ ਬਣ ਗਿਆ 30 ਸਮੋਸਿਆਂ ਦਾ ਉਹ ਫਿਰ ਮੈਂ 13 ਹੀ ਖਾਦੇ ਗਏ 13.5 ਬੜਾ ਖਿੱਚ ਕੇ 14 ਮੈਨੂੰ ਹੱਥ ਨਹੀਂ ਸੀ ਦਿਲ ਨਹੀਂ ਕਰਦਾ ਵੀ ਇੱਦਾਂ ਖਾ ਰਿਹਾ ਮੈਂ ਹਲੋ ਹੱਥ ਜੋੜੇ ਮੈਂ ਲੈ ਜੀ 500 ਰੁਪਇਆ ਫੜੋ ਤੇ ਖਲਾਸੀ ਛੱਡੋ 500 ਹਰ ਗਿਆ ਹਰ ਗਿਆ ਜਾ ਜਾ 500 ਤੋਂ ਬਹੁਤ ਘੋੜੇ ਗਿਆ ਯਾਰ ਤੇਰਾ ਨਾ ਪਾਣੀ ਕੈਸੀ ਗੱਲ ਸਰਬਤ ਪਿੱਛੇ ਪਿੱਛੇ ਤੇ ਬੰਦਾ ਅੱਗੇ ਅੱਗੇ ਸਲਾਮ ਨੀ ਕਰਾਂਦੇ ਇੱਕ ਗਲਾਸ ਪਾਣੀ ਦਾ ਪੀ ਲੈ ਮਜ਼ਾ ਆ ਗਿਆ ਬੰਦੂਕ ਲੈ ਕੇ ਛੱਡੀ ਬੰਦੂਕ ਲੈ ਕੇ ਮਗਰ ਚੜੀ ਨੇ ਤੇ ਸਪੀਡ ਚ ਬੰਦਾ ਨੀ ਦੌੜਦਾ ਜਿੰਨੀ ਸਪੀਡ ਚ ਪਾਕ ਵਾਲਾ ਦੌੜ ਪਾਣੀ ਲੈ ਕੇ ਚਲੋ ਚਲੀਏ ਫਿਰ ਸਾਫ਼ ਕਰੀਏ ਸਾਰਾ ਕੰਮ ਚਲੀਏ ਆਹ ਜਿਹੜੀਆਂ ਦਵਾਣੇ ਦੀਆਂ ਛਿੱਲਾਂ ਜੇ ਨਾ ਇਹਨਾਂ ਨੂੰ ਹੁਣ ਅਸੀਂ ਘਰ ਲੈ ਕੇ ਚੱਲੇ ਹਾਂ ਜਾ ਕੇ ਤੇ ਆਪਣੇ ਬੱਚੇ ਨੂੰ ਤੇ ਆਪਣੀ ਗਾਈ ਨੂੰ ਖਵਾਉਂਦੇ ਹਾਂ ਬੱਕਰੇ ਨੂੰ ਵੀ ਖਵਾਉਂਦੇ ਹਾਂ ਬਿਲਕੁਲ ਸਭ ਕੁਛ ਚੁੱਕਤਾ ਭਾਈਆ ਅਤੇ ਸਵਾਦ ਆ ਗਿਆ ਪੂਰਾ ਪੂਰਾ ਸ਼ੂਗਰ ਲੱਗਿਆ ਅਤੇ ਹੁਣ ਚੱਲੀਏ ਘਰ ਨੂੰ ਚਲੋ ਫਿਰ ਕੱਢੋ ਗੱਡੀ ਬਾਹਰ ਧਰਨਾ ਬਹਿਣਾ ਮੈਂ ਅੱਗੋਂ ਭਾਈ ਆ ਇਸ ਟਾਈਮ ਨਾ ਅਸੀਂ ਜਿਹੜਾ ਸ਼ਹਿਰ ਖਲੋਤੇ ਹਾਂ ਅਤੇ ਮੈਂ ਨਾ ਇੱਥੇ ਬਹਿ ਕੇ ਵੀਡੀਓ ਐਡਿਟ ਕਰਨ ਡਿਆ ਉਹ ਬੋੜੀ ਵੀ ਹਾਸਾ ਸਕ ਮੁੱਦੇ ਹੋ ਗਏ ਨੇ ਮਾਮੂ ਹੋਰੀ ਮੁੱਦੇ ਹੋ ਗਏ ਮਜ਼ਾ ਆਇਆ ਕਿ ਨਹੀਂ ਆਇਆ ਬੜਾ ਮਜ਼ਾ ਆਇਆ ਉਦੋਂ ਨਹੀਂ ਮਜ਼ਾ ਆਇਆ ਇੰਨਾ ਜਿੰਨਾ ਹੁਣ ਐਡੀਟਿੰਗ ਹੁੰਦਿਆ ਵੇਖ ਕੇ ਮਜ਼ਾ ਆਇਆ ਅਤੇ ਭਾਈ ਆ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਮਜ਼ਾ ਆਇਆ ਕਿ ਨਹੀਂ ਆਇਆ ਜੇ ਮਜ਼ਾ ਆਇਆ ਸਾਡੇ ਵੀਡੀਓ ਨੂੰ ਕਰ ਦਿਓ ਲਾਈਕ
ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫਿਰ ਮਿਲਾਂਗੇ ਅਗਲੀ ਵੀਡੀਓ ਚ ਅੱਲਾ ਹਾਫਿਜ਼ ਅੱਲਾ ਹਾਫਿਜ਼ ਅੱਲਾ ਹਾਫਿਜ਼ ਅੱਲਾ ਹਾਫਿਜ਼ ਅੱਲਾ ਹਾਫਿਜ਼।